हाथ चो कुहाड़ा ते कई लैके अपने खेतों वल जा तुरिया, क्योंकि उन्हें खेतों में बहुत पुरानी निम उस जा वढ़ना सी। एड़ी निम सी ਇਹ ਜਦੋਂ ਕਣਕ ਦੀ ਤੇ ਝੋਨੇ ਦੀ ਕਟਾਈ ਕਰਦਾ ਸੀ ਤਾਂ ਉਦੋਂ ਕੰਬਾਈਨ 'ਚ ਅੜਿੱਕਾ ਬਣਦੀ ਸੀ, ਤਾਂ ਉਸਨੇ ਸੋਚਿਆ ਕਿ ਨਿੰਮ ਦਾ ਫਾਹਾ ਅੱਜ ਵੱਢ ਹੀ ਦੇਣਾ। ਤਾਂ ਜਦੋਂ ਅਮਰੀਕ ਸਿੰਘ ਨੇ ਕੁਹਾੜਾ ਚੁੱਕਿਆ ਤਾਂ ਕੁਹਾੜਾ ਬੋਲ ਪਿਆ, ਮੈਂ ਰੁੱਖ ਨਹੀਂ ਵੱਢਣਾ, ਮੈਂ ਰੁੱਖ ਨਹੀਂ ਵੱਢਣਾ। ਕੀ ਗੱਲ ਬਈ, ਤੂੰ ਰੁੱਖ ਕਿਉਂ ਨਹੀਂ ਵੱਢਣਾ? ਕੀ ਗੱਲ, ਤੇਰੀ ਧਾਰ ਹੁਣ ਤਿੱਖੀ ਨਹੀਂ ਰਹੀ? ਧਾਰ ਤਾਂ ਮੇਰੀ ਬਹੁਤ ਤਿੱਖੀ ਹੈ, ਪਰ ਤੂੰ ਪਹਿਲਾਂ ਹੀ ਬਹੁਤ ਰੁੱਖ ਵੱਢ ਚੁੱਕਾ ਹੈ। ਇਹ ਮੇਰਾ ਖੇਤ, ਇਹ ਰੁੱਖ ਮੇਰੇ ਦਾਦੇ ਨੇ ਲਾਇਆ, ਤੇ ਤੈਨੂੰ ਪਾਲਾ ਇਹ ਰੁੱਖ ਵੱਢਣ ਵਿੱਚ ਕੀ ਹਰਜ ਹੈ? ਅਮਰੀਕ ਸਿੰਘ, ਤੂੰ ਪਹਿਲਾਂ ਹੀ ਸਾਰੇ ਰੁੱਖ ਵੱਢ ਚੁੱਕਾ ਹੈ, ਇੱਕੋ ਨਿੰਮ ਬਚੀ ਹੈ। ਜੇ ਆਪਾਂ ਇਹ ਵੀ ਵੱਢ ਦਿੱਤੀ ਤਾਂ ਪੰਛੀ ਆਲਣਾ ਕਿੱਥੇ ਪਾਉਣਗੇ? ਮੀਂਹ ਹਨੇਰੀ ਵਿੱਚ ਉਹ ਕਿੱਥੇ ਜਾਣਗੇ, ਤੇ ਸਾਨੂੰ ਆਕਸੀਜਨ ਕਿੱਥੋਂ ਮਿਲੇਗੀ? ਇਹ ਸੋਚ ਤਾਂ ਸਹੀ। ਇੰਨੇ ਚਿਰ ਨੂੰ ਸੋਹਣਾ ਤੇ ਦਲੀਪ ਉਹ ਵੀ ਖੇਤਾਂ ਵੱਲ ਨੂੰ ਆ ਚੱਲੇ, ਤੇ ਸੋਹਣੇ ਨੇ ਕਈ ਫੜੀ ਤਾਂ ਕਈ ਕਈ ਵੀ ਬੋਲ ਪਈ, ਕਈ ਵੀ ਬੋਲ ਚਾਚਾ, ਕਈ ਕਈ ਬੋਲੀ ਜਾਂਦੀ ਏ, ਹਾਂ ਬੋਲਦੀ ਏ ਕਈ, ਤੇਰੀ ਲੱਗਦਾ ਕਈ ਫਿਰ ਬੋਲੀ, ਨਹੀਂ ਨਹੀਂ ਨਹੀਂ, ਮੈਂ ਨਿੰਮ ਦੁਆਲਿਓ ਮਿੱਟੀ ਨਹੀਂ ਪਟਣੀ, ਨਹੀਂ ਪਟਣੀ। ਲੈ ਤੂੰ ਆਪ ਵੱਢ ਲੈ। ਨਹੀਂ ਨਹੀਂ ਨਹੀਂ, ਮੈਂ ਨਿੰਮ ਦਵਾਲਿਓ ਮਿੱਟੀ ਨਹੀਂ ਪਟਣੀ, ਨਹੀਂ ਪਟਣੀ। ਹਾਂ ਬਈ ਸੌਣ ਸਿਆਂ, ਮੈਨੂੰ ਨਾ ਵੱਟਿਓ, ਮੈਂ ਤਾਂ ਤੁਹਾਡੀਆਂ ਦਵਾਈਆਂ ਲਈ ਵੀ ਕੰਮ ਆ ਸਕਦੀ ਆ, ਆਕਸੀਜਨ ਵੀ ਤਾਂ ਦਿੰਦੀ ਹਾਂ। ਤੁਸੀਂ ਮੇਰੇ ਮਿੰਦਾ ਜੀ ਨਹੀਂ ਪਾਓਗੇ, ਮੈਂ ਬੜੇ ਕੰਮ ਦੀ ਆ। ਉਹ ਵੇਖਿਓ ਨਿੰਮ ਵੀ ਬੋਲ ਪਈ ਜੇ। ਠਹਿਰੋ ਭਾਈ ਠਹਿਰੋ, ਠਹਿਰੋ ਭਾਈ ਠਹਿਰੋ, ਪਤਾ ਨਹੀਂ ਕੀ ਕੀ ਸ਼ਹਿ ਬੋਲੀ ਜਾਂਦੀ ਹੈ। ਉਹ ਬਾਬਾ ਬਾਤਾਂ ਪਾਉਂਦਾ ਹੁੰਦਾ ਸੀ, ਬਾਤਾਂ ਦੇ ਵਿੱਚ ਜਾਨਵਰ ਪੰਛੀ ਤੇ ਪਸ਼ੂ ਬੋਲਦੇ ਹੁੰਦੇ ਸੀ, ਪਰ ਅੱਜ ਅੱਜ ਤਾਂ ਕਹੀ ਕੁਹਾੜਾ ਤੇ ਨਿੰਮ ਵੀ ਬੋਲੀ ਜਾਂਦੀ ਆ। ਅਮਰੀਕ ਸਿਆ, ਤੇਰੇ ਦਾਦੇ ਨੇ ਖੇਤ ਵਿੱਚ 5 ਰੁੱਖ ਲਾਏ ਸਨ, ਉਹਨਾਂ ਚੋਂ 4 ਤਾਂ ਤੂੰ ਪਹਿਲਾਂ ਹੀ ਵੱਢ ਲਏ, ਉਹਨਾਂ ਦੀ ਥਾਂ ਕੋਈ ਰੁੱਖ ਵੀ ਨਹੀਂ ਲਾਇਆ, ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰਕੇ ਆ ਗਿਆ। ਇਹਨੇ ਨੂੰ ਅਮਰੀਕ ਸਿੰਘ ਦੀ ਪਤਨੀ ਦਲੀਪ ਕੌਰ, ਉਹ ਭਗਵਾਨ ਕੌਰ ਉਹ ਆ ਗਈ। ਭਗਵਾਨ ਕੌਰ ਖੇਤਾਂ ਵਿੱਚ ਉਹਨਾਂ ਲਈ ਰੋਟੀ ਲੈ ਕੇ ਆਈ ਸੀ, ਤਾਂ ਭਗਵਾਨ ਕੌਰ ਨੂੰ ਅਮਰੀਕ ਸਿੰਘ ਕੀ ਦੱਸਦਾ ਹੈ? ਭਗਵਾਨ ਕੁਰੇ, ਅੱਜ ਤਾਂ ਨਿੰਮ ਵੀ ਬੋਲਦੀ ਪਈ ਏ, ਕਈ ਵੀ ਬੋਲਦੀ ਏ, ਤੇ ਕੁਹਾੜਾ ਵੀ ਬੋਲੀ ਜਾਂਦਾ ਹੈ। ਮੈਂ ਵੀ ਦੇਖਾਂ ਕਿੱਦਾਂ ਬੋਲਦੀ ਏ ਨਿੰਮ, ਬੋਲ ਕੇ ਖਾ ਨਿੰਮ ਜਰਾ, ਕਿੱਦਾਂ ਬੋਲਦੀ ਏ ਤੂੰ? ਨੀ ਭਗਵਾਨ ਕੌਰੇ, ਕੁੜੇ ਤੇਰੀ ਸੱਸ ਨੇ ਮੇਰੀਆਂ ਨਮੋਲੀਆਂ ਦਾ ਸਾਬਣ ਬਣਾਇਆ ਸੀ, ਤੈਨੂੰ ਯਾਦ ਨਹੀਂ? ਹਾਂ ਯਾਦ ਹੈ, ਯਾਦ ਤਾਂ ਮੈਨੂੰ ਹੈ, ਜਦੋਂ ਮੇਰੇ ਪੋਤੇ ਹੋਏ ਸੀ ਉਦੋਂ ਮੈਂ ਨਿੰਮ ਦੀਆਂ ਹੀ ਬਣਾ ਬਣਾ ਕੇ ਦਾਨੀਆਂ ਟੰਗੀਆਂ ਸੀ ਆਪਣੇ ਦਰਵਾਜ਼ੇ ਤੇ, ਯਾਦ ਹੈ ਮੈਨੂੰ? ਜਦੋਂ ਮੇਰੀ ਧੀ ਦਾ ਵਿਆਹ ਹੋਇਆ ਸੀ, ਤੇਰੀ ਲੱਕੜ ਦੇ ਹੀ ਮੈਂ ਮੰਜੇ ਤੇ ਵੀੜੇ ਬਣਾਏ ਸੀ, ਤੇ ਜਦੋਂ ਮੈਂ ਨਵੀਂ ਵਿਆਹੀ ਆਈ ਸੀ, ਮੈਨੂੰ ਪੱਕਾ ਯਾਦ ਹੈ, ਹਾਏ ਕਿੰਨਾ ਸੋਹਣਾ ਸੀ, ਸਾਰੀ ਦੀ ਸਾਰੀ ਬੇਰੀਆਂ ਨਾਲ ਭਰੀ ਦੀ ਭਰੀ ਘਰ ਤੋਂ ਲੈ ਕੇ ਖੇਤਾਂ ਤੱਕ ਲਾਈ ਸੀ, ਤੇ ਹੁਣ ਸਾਰਾ ਦਾ ਸਾਰਾ ਰੜਾ ਮੈਦਾਨ ਹੈ, ਹਾਏ ਰੱਬਾ ਖਾਣ ਨੂੰ ਪੈਂਦਾ ਹੈ। ਇਹਨੇ ਨੂੰ ਗੁਰਦੀਪ ਸਿੰਘ, ਜਿਹੜਾ ਕਿ ਅਮਰੀਕ ਸਿੰਘ ਦਾ ਪੁੱਤਰ ਹੈ, ਉਹ ਛੋਟਾ ਜਿਹਾ ਬਾਲ ਹੈ, ਤੇ ਉਹ ਆਪਣੇ ਨਵੇਂ ਰੁੱਖ ਲਾਉਣ ਲਈ ਦਾਖਲ ਹੁੰਦਾ ਹੈ, ਤੇ ਉਹ ਚਾਹੁੰਦਾ ਹੈ ਕਿ ਮੇਰੇ ਪਾਪਾ ਨਵੇਂ ਰੁੱਖ ਲਾਉਣ ਲਈ ਟੋਏ ਪੁੱਟੇ। ਹੁਣ ਦੇਖੋ, ਚਲੋ ਬਈ ਆ ਜਾਓ ਸਾਰੇ ਟੋਏ ਪੁੱਟੀਏ। ਗੁਰਦੀਪ ਕਹਿ ਕੇ ਗਿਆ ਸੀ ਕਿ ਮੇਰੇ ਆਉਂਦੇ ਨੂੰ ਟੋਏ ਪੁੱਟ ਕੇ ਰੱਖਿਓ, ਚਲੋ ਸਾਰੇ ਟੋਏ ਪੁੱਟੀਏ। ਇਹਨੇ ਨੂੰ ਜਦੋਂ ਟੋਏ ਪੁੱਟਣ ਦੀ ਨਵੇਂ ਰੁੱਖ ਲਾਉਣ ਦੀ ਗੱਲ ਹੋਈ ਤਾਂ ਕਈ ਖਿੜ ਖੜਾ ਕੇ ਹੱਥ ਪਈ ਕਿ ਅੱਜ ਰੁੱਖ ਪੁੱਟੇ ਨਹੀਂ ਜਾਣੇ, ਅੱਜ ਤਾਂ ਰੁੱਖ ਨਵੇਂ ਲੱਗਣੇ ਆ। ਤੇ ਗੁਰਦੀਪ ਸਿੰਘ ਨੇ ਕਿਹਾ ਕਿ ਹਾਏ ਮੇਰੇ ਜਿੰਨੇ ਅੱਜ ਜਨਮ ਹੋਏ, ਮੈਂ ਅੱਜ 9 ਸਾਲਾਂ ਦਾ ਹੋ ਗਿਆ ਤਾਂ 9 ਰੁੱਖ ਲਾ ਕੇ ਜਾਊਂਗਾ, ਜਦੋਂ ਮੈਂ 13 ਸਾਲਾਂ ਦਾ ਹੋ ਜਾਊ ਤੇ 13 ਰੁੱਖ ਹੋ ਜਾਣਗੇ, ਇਸ ਤਰ੍ਹਾਂ ਰੁੱਖ ਵੱਧਦੇ ਜਾਣਗੇ, ਤੇ ਮੈਂ ਰੁੱਖਾਂ ਦੀ ਗਿਣਤੀ ਕਰਦਾ ਜਾਵਾਂਗਾ, ਰੁੱਖ 1 ਹੋਊ, ਫਿਰ 2 ਹੋਣ, ਫਿਰ 4 ਹੋਣ, ਫਿਰ 6 ਹੋਣ, ਇਸ ਤਰ੍ਹਾਂ 15, 20,
ਤੀ ਤੇ ਸਾਡਾ ਸਾਰਾ ਵਾਤਾਵਰਨ ਹਰਿਆਵਲ ਭਰਪੂਰ ਹੋ ਜਾਏਗਾ। ਇਹ ਰੁੱਖ ਸਾਨੂੰ ਕੀ ਦਿੰਦੇ ਨੇ? ਆਕਸੀਜਨ ਦਿੰਦੇ ਨੇ। ਨਿੰਮ ਤਾਂ ਆਪ ਬੋਲ ਪਈ, ਮੈਂ ਆਕਸੀਜਨ ਦਿੰਨੀ ਆ। ਉਹ ਨਿੰਮ ਤੋਂ ਕੀ ਵੀ ਬਣਦਾ? ਦਵਾਈਆਂ ਬਣਦੀਆਂ, ਸਾਬਣ ਬਣਦੇ, ਉਹ ਕਰੀਮਾਂ ਬਣਦੀਆਂ, ਸੋਹਣ ਸ਼ਿੰਗਾਰ ਲਈ ਕੀ ਕੁਛ ਨੀ ਬਣਦਾ ਨਿੰਮ ਤੋਂ। ਉਹ ਇਸ ਦਾ ਇੱਕ ਬਹੁਤ ਵਧੀਆ ਮੈਸੇਜ ਮੈਂ ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਕਿ ਕੀ ਮੈਸੇਜ ਹੈ। ਕੁਦਰਤ ਦੇ ਸੰਤੁਲਨ ਨਾਲ ਕਰਕੇ ਤੂੰ ਖਿਲਵਾੜ, ਆਪਣੇ ਪੈਰੀ ਸੱਜਣਾ ਨਾ ਆਪ ਕੁਹਾੜੀ ਮਾਰ। ਕੌਣ ਹਵਾ ਨੂੰ ਸ਼ੁੱਧ ਕਰੇਗਾ, ਕੌਣ ਵੰਡੂ ਖੁਸ਼ਬੋ, ਤਰਸ ਜਾਵੇਗਾ ਛਾਵਾਂ ਨੂੰ, ਰੁੱਖ ਖਤਮ ਗਏ ਜੇ ਹੋ। ਰੁੱਖਾਂ ਨਾਲ ਹਰਿਆਲੀ ਸੱਜਣਾ, ਰੁੱਖਾਂ ਨਾਲ ਹਰਿਆਲੀ ਸੱਜਣਾ, ਰੁੱਖਣੇ ਧਰਤੀ ਸ਼ਿੰਗਾਰ, ਤੂੰ ਰੁੱਖਾਂ ਨੂੰ ਵੱਢ ਕੇ ਕਿਉਂ ਇਸ ਦਾ ਰੂਪ ਵਿਗਾੜ। ਸੋਚ ਚਮੇਰੇ ਧਰਤ ਦੇ ਕਿਉਂ ਵੱਧਦਾ ਜਾਵੇ ਸੇਕ, ਉਜੋਨ ਦੀ ਪਰਤ ਉੱਪਰ ਕਿਉਂ ਹੋਣ ਲੱਗ ਪਏ ਨੇ ਛੇਕ। ਇਹਦੇ ਚ ਇੱਕ ਹੋਰ ਮੈਸੇਜ ਹੈ ਸਾਡਾ ਕਿ ਜਿਵੇਂ ਅੱਜ ਕੱਲ ਭਰੂਣ ਹੱਤਿਆ ਬਹੁਤ ਹੋ ਰਹੀ ਹੈ, ਆਪਾਂ ਕੁੜੀਆਂ ਨੂੰ ਮਾਰਦੇ ਜਾ ਰਹੇ ਹਾਂ। ਛੋਟਾ ਜਿਹਾ ਮੈਸੇਜ ਹੈ ਦੋ ਲਾਈਨਾਂ ਦਾ। ਕੁੱਖਾਂ ਦੇ ਵਿੱਚ ਮਾਰ ਕੇ ਧੀਆਂ, ਕੁੱਖਾਂ ਦੇ ਵਿੱਚ ਮਾਰ ਕੇ ਧੀਆਂ, ਜੰਮਣਾ ਚਾਹੇ ਪੁੱਤ, ਪੁੱਤ ਕਿਹਦੇ ਨਾਲ ਵਿਆਹੇਗਾ ਜੇ ਧੀਆਂ ਗਈਆਂ ਮੁੱਕ, ਪੁੱਤ ਕਿਹਦੇ ਨਾਲ ਵਿਆਹੇਗਾ ਜੇ ਧੀਆਂ ਗਈਆਂ ਮੁੱਕ। ਨਿੰਮ ਦੀਆਂ ਨਿੰਮੋਰੀਆਂ ਗੋਲ ਗੋਲ ਗੋਰੀਆਂ, ਹਰੇ ਹਰੇ ਪੱਤੇ ਨੇ ਸਾਰੇ ਕੱਚੇ ਕੱਚੇ ਨੇ, ਸ਼ਾਮ ਬੜੀ ਠੰਡੀ ਹੈ, ਨਿੰਮ ਬੜੀ ਚੰਗੀ ਹੈ, ਨਿੰਮ ਬੜੀ ਚੰਗੀ ਹੈ, ਨਿੰਮ ਬੜੀ ਚੰਗੀ ਹੈ।